यार पाजी, मेरा काम कार वैसे नहीं चलता पाया। बड़ा चिर हो गया कोई करारी जी चीज़ रेस्टोरेंट गए भी, काफ़ी टाइम हो गया अपन कोई फिल्म भी नहीं देखी। आपा कोई करो जुगाड़, तुहाडा तो दिमाग बहुत चलता। मेरी गल सुन, जेड़े जेड़े रेस्टोरेंट च गई है ना, उस सारे नूं पता लग गया ही जुगाड़ू बंदे हैं। पर यार मैनू तुहाडे ते माण आ, तुसी युक्ति ला लैंदे हो ते तुहाडा जिहड़ा निशाना ना कदे खाली नहीं जांदा। ते हुण वी कोई सोचो, तुहाडा वार खाली नहीं जांदा, सोचो। दई जां फूकां पर कोई समझ नहीं आ रहा। कहानी मैनू माण आ तुहाडे ते, बस दसो कुछ। सोचने कुछ सोचन दे सोचन दे सोचन दे सोचन। ओए ओ कौन है? ओ तो यार प्लाट प्लूट देखना है, छोड़ो उन्हां नूं। मैं तुहानूं कहिंदा जुक्ति लाओ। जुक्ति होर की रानी, जुक्ति लग गई। किद्दां की मतलब? आ जरा चलो आजा पच के चलिए। लोकेशन दा कैंट हैगी कि नहीं? हाँ जी हाँ जी। सत श्री अकाल जी। सत श्री अकाल जी। सत श्री अकाल। की देते हो, प्लाट देख रहे हो? हाँ जी, सोच रहे सी कि प्लाट ले लिए। प्लाट प्लाट तुसी किन्ने गज दा लेना? 100 गज दा ले लांगे। पहला तुसी मैनू ये दसो जगह दी कीमत की हैगी है? भाई 10,000 रुपए गज जगह है। 10,000 गज जगह? पर सानू किसी ने दसया सी 20,000 गज जगह। ओ भाजी, लोकी ब्रोकर हुंदे रेट नू वधा के दसदे आ कि विके ना। ਤੁਹਾਨੂੰ ਦੇਣ ਦਾ ਰੇਟ ਦੇਣਾ 10,000 ਤੋਂ ਨਾ 1 ਰੁਪਏ ਘੱਟ ਨਾ 1 ਰੁਪਏ ਵੱਧ। ਅੱਛਾ, ਅਸੀਂ ਦੇਣਾ ਵੀ ਨਹੀਂ ਵੱਧ। ਮੇਰੀ ਗੱਲ ਸੁਣ, ਆਪਾਂ 1 ਮਿੰਟ ਗੱਲ ਕਰ ਲਈਏ ਥੋੜੀ। ਅੱਛਾ ਅੱਛਾ, ਕਰੋ ਕਰੋ ਕੋਈ ਗੱਲ। ਇੱਧਰ ਆਈ ਮੇਰੇ ਨਾਲ ਗੱਲ ਸੁਣ। ਮੇਰੀ ਗੱਲ ਸੁਣ, ਸੌਦਾ ਇਹ ਮਾੜਾ ਨਹੀਂ ਹੈਗਾ। ਕਿੱਥੇ ਆਪਾਂ 100 ਗਜ਼ ਦੀ ਜਗ੍ਹਾ ਲੈਣ ਆਏ ਸੀਗੇ? ਕਿੱਥੇ 100 ਗਜ਼ ਦੀ ਤੂੰ ਲੈ ਲਾ, 100 ਗਜ਼ ਦੀ ਮੈਂ ਲੈ ਲੈਣਾ, 50 ਗਜ਼ ਦਾ ਟੋਟਾ ਇਹਦੇ ਨਾਮ ਲਵਾ ਦੇ। ਹਾਂ ਵੀ ਲੈਣਾ ਲੈ ਲੈ। ਹਾਂਜੀ ਬਾਬੂ ਜੀ। ਚਲੋ ਆਹ ਗੱਲ ਤਾਂ ਕਰੀਏ, ਸੌਦਾ ਹੱਥ 'ਚ ਨਾ ਜਾਂਦਾ। ਚੱਲ ਗੱਲ ਕਰੀਏ। ਯਾਰ ਭਾਜੀ ਹੁਣ ਇਹ ਕੀ ਸੋਚਣ ਲੱਗ ਪਏ? ਉਹ ਸਾਲਿਆ, ਸੋਚਣ ਦੇ, ਮੈਂ ਚੋਗਾ ਪਾਤਾ ਆ, ਮੱਛੀ ਫਸ ਗਈ ਆ। ਮੰਨ ਗਏ, ਮੈਂ ਕਿਹਾ ਸੀ ਨਾ ਤੁਸੀਂ ਬਹੁਤ ਚੁਪਤੀ ਲਾਉਣ ਵਾਲੇ ਬੰਦੇ ਆ। ਓਏ ਆਪਾਂ ਤਾਂ ਚੰਦ ਤੇ ਕਿਸੇ ਦਿਨ ਦਰਿਆ ਕੱਢ ਦੇਣਾ। ਆਪਾਂ ਬੈਠੇ ਬੈਠੇ ਜੁਕਤ ਲਾ ਲਈ ਨਾ। ਉਹ ਅੱਜ ਤਾਂ ਕਹਿੰਦੇ ਮੱਛੀ ਫਸਾਈ ਨਹੀਂ ਜਾਂਦੀ, ਮੱਛੀ ਆਪਣੇ ਆਪ ਆਉਂਦੀ ਆ। ਇਹ ਮੱਛੀ ਨਹੀਂ, ਇਹ ਤਾਂ ਮੱਛੇ ਆ। ਇਹ ਤਾਂ ਮਗਰਮੱਛ ਲੱਗਦੇ ਆ। ਮਗਰਮੱਛ ਫਸ ਗਏ ਆ। ਅਸੀਂ ਸ਼ਿਕਾਰ ਕਰ ਲੈਂਦੇ, ਸ਼ਿਕਾਰੀ ਹਾਂ। ਚੁੱਪ ਕਰ ਚੁੱਪ ਕਰ, ਸਾਰੇ ਬੜੇ ਸਿਆਣੇ ਬੰਦੇ ਆਪਣੇ ਆਪ ਨੂੰ। ਹਾਂਜੀ ਹਾਂਜੀ ਹਾਂਜੀ, ਬੋਲੀਏ ਭਾਜੀ। ਜਗ੍ਹਾ ਤਾਂ ਸਾਨੂੰ ਆ ਗਈ ਆ ਪਸੰਦ। ਬਹੁਤ ਵਧੀਆ ਜੀ। ਸਾਨੂੰ ਹੁਣ ਪਲਾਟ ਵੀ ਦਿਖਾ ਦਿਓ। ਪਲਾਟ ਤਾਂ ਦੇਖੋ ਜੀ, ਇਹ ਪਲਾਟ ਕਿੰਨੇ ਗਜ਼ ਦਾ ਤੁਹਾਨੂੰ ਚਾਹੀਦਾ? ਲੈਣ ਤਾਂ ਅਸੀਂ 100 ਗਜ਼ ਆਏ ਸੀ, ਆਪਾਂ ਹੁਣ 250 ਗਜ਼ ਲੈਣਾ। 250 ਗਜ਼ ਲੈਣਾ? ਆਹੋ। ਪਲਾਟ ਦੇਖੋ ਜੀ, ਇਹ ਇਹ ਨਵੇਂ ਪਲਾਟ ਕੱਟੇ ਜੀ ਅਸੀਂ। ਅੱਛਾ। ਇਹ ਪਲਾਟ ਬਹੁਤ ਵਧੀਆ ਪਲਾਟ ਹੈ ਜੀ। ਅੱਛਾ। ਇੱਕ ਤਾਂ ਹਵਾ ਖੁੱਲੀ ਡੁੱਲੀ ਆਉਂਦੀ ਹੈ, ਠੀਕ ਹੈ ਕਿ ਨਹੀਂ? ਦੂਜਾ 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 ਤੁਹਾਨੂੰ ਇੱਥੇ ਕੋਈ ਦੂਜਾ ਸ਼ੋਰ ਸ਼ਰਾਬਾ ਨਹੀਂ ਮਿਲਣਾ, ਠੀਕ ਹੈ? ਗਲੀ ਬੰਦ ਆ, ਸ਼ਾਂਤੀ ਬਹੁਤ ਆ, ਸ਼ਾਂਤੀ ਸ਼ਾਂਤੀ ਆ। ਚਲੋ ਅਸੀਂ ਬਹੁਤੀ ਗੱਲ ਨਾ ਕਰੀਏ। ਐਲੋ, ਤੁਹਾਨੂੰ ਅਸੀਂ ਫੜਾਈਏ ਸਾਈ। ਥੋੜ੍ਹੀ ਸਾਈ ਫੜਾਈ। ਓਹੋ, ਮਾਇਆ ਨਹੀਂ ਥੱਲੇ ਡਿੱਗਦੀ ਹੁੰਦੀ। ਸਿਰਫ ਤੁਹਾਡਾ 3,000 ਅਸੀਂ ਹੋਰ ਦਵਾਂਗੇ। ਅਸੀਂ ਇੱਕ ਪਲਾਟ ਥੋੜੀ ਖਰੀਦਿਆ, ਬਹੁਤ ਖਰੀਦੇ ਹੋਏ ਆ। ਦੇਖੋ ਹੈਗਾ ਤਾਂ 3,000, ਬਾਕੀ 50,000 ਦੀ ਸਾਈ ਹੁੰਦੀ ਭਾਜੀ। 47,000 ਤੁਹਾਨੂੰ ਮੈਨੂੰ ਦੇਣਾ ਪੈਣਾ। ਹੋਰ ਨੰਬਰ ਬੋਲੋ, ਨੰਬਰ ਗੂਗਲ ਪੇ ਹੋਣੀ ਆਊਗਾ ਤੁਹਾਡੇ ਅਕਾਊਂਟ 'ਚ। 98 98 30 30 420 420 ਵੀਰੇ, ਬੰਦਾ ਹੀ ਗੋਲਮਾਲ ਲੱਗਦਾ। ਓ ਯਾਰ ਤੂੰ ਯਾਰ, ਭਾਜੀ ਕਿੱਦਾਂ ਗੱਲਾਂ ਕਰਦੇ? ਭਾਜੀ ਪੈ ਫੜ ਲਓ, ਸਾਡੀ ਇੱਜ਼ਤ ਆ ਭਾਜੀ ਕੋਈ। ਉਹ ਭਰਾ, ਨਿਆਣੇ ਲਈ ਗੱਲਾਂ ਨਹੀਂ ਕਰੀਦੇ ਹੁੰਦੀਆਂ। ਅਸੀਂ ਇੱਕ ਭਰਾ ਨਹੀਂ ਕਰੀਦੇ, ਕਿੰਨੇ ਖਰੀਦੇ ਹੋਏ ਆ? ਸਾਰੀ ਕਲੋਨੀ ਮੇਰੀ ਯਾਰ, ਤੂੰ ਬੰਦਾ। ਤੈਨੂੰ ਲੱਗਦਾ ਨਾ ਜੇ ਕਿੰਨੇ ਵਧੀਆ ਕੱਪੜੇ ਪਾਏ ਆ? 420 ਵਾਲੀ ਫਿਲਮ ਲੱਗਦੀ ਇਹਨਾਂ 'ਚ। ਨੰਬਰ ਲਿਖੋ। ਹਾਂ ਦੱਸੋ। 98 98 30 30 420 420 420 420। ਹਾਂਜੀ ਭਾਈ, ਇਹ 'ਚ 47,000 ਬਾਕੀ ਪਾ ਦਿਓ। ਗੁਰਿੰਦਰ ਸਿੰਘ? ਹਾਂਜੀ ਹਾਂਜੀ, ਆਹੀ ਨੰਬਰ ਹੈ? ਹਾਂਜੀ ਹਾਂਜੀ ਭਾਈ, ਬਿਲਕੁਲ। ਕਿੰਨੇ ਪਾਣੇ ਸੀਗੇ? 47 ਤਾਂ ਦਿੱਤਾ ਸੀ। 47 ਆਹ ਦੇਖੋ। ਹਾਂਜੀ ਆਹ ਚਲੇ ਗਏ। ਹੈਲੋ, ਚੱਕਰ ਘੁੰਮਦਾ ਪਿਆ, ਨੈਟ ਥੋੜ੍ਹਾ ਸਲੋ ਆ ਇੱਥੇ। ਹਾਂਜੀ ਹਾਂਜੀ, ਆਹ ਦੇਖੋ ਆ ਗਏ। ਆ ਰਹੇ ਜੀ, ਆ ਰਹੇ। ਚੈੱਕ ਕਰੋ, ਹਾਂ ਆ ਗਏ। ਅੱਛਾ ਹੁਣ ਇਹ ਸਾਡੀ ਆ ਗਈ ਸਾਈ। ਹਾਂਜੀ, ਤੁਸੀਂ ਦੁਬਾਰਾ ਕਦੋਂ ਆਉਣਾ? ਹੈਲੋ, ਹਾਂਜੀ ਪਲਾਟ ਦੇਖਣ ਆਉਣਾ?
ਪਾਜੀ ਉਹਨਾਂ ਦੂਸਰੇ ਪਾਸੇ ਜਾ ਕੇ ਦੇਖੋ ਬੰਦੇ ਬੜੇ ਬੀਜ਼ੀ ਆ ਫੋਨ ਆ ਗਿਆ ਨਾ ਹੁਣ ਅੱਛਾ ਫੇਰ ਮਿਲਦੇ ਹਾਂ ਜੀ ਅਸੀਂ ਤੁਹਾਨੂੰ ਫੇਰ ਮਿਲਾਂਗੇ ਕੋਈ ਨਹੀਂ ਜਾਓ ਜਾਓ ਪਾਜੀ ਆਈ ਸੀ ਜੀ ਆ ਰਿਹਾ ਉਹ ਲਿਖ ਲਾਂਗੇ ਯਾਰ ਉਹ ਆ ਜਾ ਪਾਜੀ ਉਹ ਵੀ ਨਹੀਂ ਸੀ ਚੰਗਾ ਕੋਈ ਗੱਲ ਨਹੀਂ ਅਗਲੇ ਸੰਡੇ ਨੂੰ ਮਿਲਦੇ ਆਂ ਆਪਾਂ ਮਿਲਦੇ ਆਂ ਫਸ ਗਏ ਹੋ ਸਕਦਾ ਕੋਈ ਮੇਰੇ ਜਿੰਨਾ ਸਮਝਦਾਰ ਓਏ ਬੰਦਾ ਲੱਭ ਕਿੱਥੇ ਆ ਉਹ ਬੰਦਾ ਇੱਥੇ ਹੀ ਹੋਣਾ ਉਹ ਕੱਲ ਤਾਂ ਉੱਥੇ ਖੜਾ ਸੀ ਦੇਖ ਲੈਂਦੇ ਹਾਂ ਥੋੜ੍ਹਾ ਅੱਗੇ ਜਾ ਕੇ ਉਹ ਸਰਦਾਰ ਜੀ ਨੂੰ ਪੁੱਛਦੇ ਹਾਂ ਚੱਲ ਸਰਦਾਰ ਜੀ ਉਹ ਸਰਦਾਰ ਜੀ ਹੋਰ ਕਿਵੇਂ ਹੋ ਯਾ ਵਧੀਆ ਲੱਗਦਾ ਤੁਸੀਂ ਵੀ ਇੱਥੇ ਕੋਈ ਪਲਾਟ ਪਲੂਟ ਖਰੀਦਣ ਆਏ ਹੋ ਕਿ ਨਹੀਂ ਕਿਉਂ ਇਹ ਪਲਾਟ ਤਾਂ ਸਾਰੇ ਮੇਰੇ ਹੈਗੇ ਆ ਮਤਲਬ ਅੱਛਾ ਤੁਸੀਂ ਵੀ ਏਜੰਟ ਰੱਖੇ ਹੋਣੇ ਨਾ ਅੱਗੇ ਪਿਛਲੇ ਸੰਡੇ ਨੂੰ ਆਪਾਂ ਆਏ ਸੀ ਆਪਾਂ ਪਲਾਟ ਦਾ ਸੌਦਾ ਮਾਰਿਆ 250 ਗਜ ਦਾ ਉਹ ਤੈਨੂੰ ਪਤਾ ਨਹੀਂ ਹੈਗਾ ਇੱਥੇ ਮੈਂ ਫੈਕਟਰੀ ਖੋਲਣ ਲੱਗਿਆ ਹੈਗਾ ਉਹ ਮੈਨੂੰ ਕੀ ਲੋੜ ਹੈ ਇੱਥੇ ਪਲਾਟ ਵੇਚਣ ਦੀ ਤੁਸੀਂ ਫੈਕਟਰੀ ਵਿੱਚੋਂ 250 ਗਜ ਦਾ ਪਲਾਟ ਦਾ ਕਿਸੇ ਨੂੰ ਦਿੱਤਾ ਹੀ ਹੋਣਾ ਉਹ ਤੇਰਾ ਦਿਮਾਗ ਤਾਂ ਨਹੀਂ ਫਿਰਿਆ ਹੋਇਆ ਹੈਗਾ ਇੱਥੇ ਮੈਂ ਫੈਕਟਰੀ ਖੋਲਣੀ ਹੈ ਬਹੁਤ ਵੱਡੀ ਕੀ ਕਹਿ ਰਹੇ ਆ ਤੁਸੀਂ ਭਾਈ ਸਾਹਿਬ ਏਜੰਟ ਵੀ ਤਾਂ ਰੱਖੇ ਹੋਣੇ ਪਿਛਲੇ ਸੰਡੇ ਨੂੰ ਆਇਆ ਸੀ ਉਹ ਦਿਮਾਗ ਤਾਂ ਨਹੀਂ ਖਰਾਬ ਹੈਗਾ ਇੱਥੇ ਮੈਂ ਪੂਰੀ ਫੈਕਟਰੀ ਖੋਲੀ ਵਧੀਆ ਜੀ ਟੌਪ ਜੀ ਫੈਕਟਰੀ ਖੋਲੀ ਜਿੱਥੇ ਹਜ਼ਾਰੋਂ ਬੰਦਾ ਕੰਮ ਕਰੂਗਾ ਵੀਰੇ ਬੰਦਾ ਰੱਖਿਆ ਹੋਣਾ ਜਿਹਨੂੰ ਪੈਸੇ ਦਿੱਤੇ ਸੀ ਇੱਕ ਮੋਨਾ ਸੀ ਇੱਕ ਸਰਦਾਰ ਸੀ ਯਾਦ ਹੋਣਾ ਆਹੋ ਇੱਕ ਮੋਨਾ ਸੀ ਇੱਕ ਸਰਦਾਰ ਸੀ ਇੱਥੇ ਤਾਂ ਖੜੇ ਸੀ ਤੁਹਾਡੇ ਪਲਾਟ 'ਚ ਵੀਰੇ ਅਸੀਂ ਪੈਸੇ ਦੇ ਕੇ ਗਏ ਹਾਂ ਪੂਰੇ 50,000 ਰੁਪਈਆ ਉਹ ਮੈਨੂੰ ਦਿੱਤਾ ਸੀ 50,000 ਉਹ ਜਾਓ ਇੱਥੋਂ ਦੌੜ ਜਾਓ ਥਾਣੇ ਰਿਪੋਰਟ ਦੇ ਤਿੰਨੋਂ ਚੱਕੇ ਜਾਓਗੇ 420 ਦੇ ਕੇਸ 'ਚ ਚਲੋ ਦੌੜ ਜਾਓ ਇੱਥੋਂ ਨਹੀਂ ਤਾਂ ਚਪੇੜ ਲੱਗ ਕੇ ਮਾਰਨੀ ਹੈ 50,000 ਦਾ ਨੁਕਸਾਨ ਕਰਤਾ ਸਰਦਾਰ ਸਾਲਾ ਚਪੇੜ ਮਾਰ ਲਓ ਚਲੋ ਦੌੜ ਜਾ ਇੱਥੋਂ 50,000 ਪਿਛਲੇ ਸੱਤੇ ਹੋ ਕਾ ਗਿਆ ਪੰਜਾ ਤੋ ਤੈਨੂੰ ਕਿਹਾ ਸੀ ਬਹੁ 420 ਬੰਦਾ ਹੋ ਓ ਯਾਰ ਇੰਨਾ ਹੀ ਬੰਦਾ ਝੂਠ ਬੋਲਦਾ ਹੋ ਨਿਕਲ ਇੱਥੋਂ ਸਾਲਿਓ ਪਤਾ ਨਹੀਂ ਕਿੱਥੋਂ ਆ ਗਏ ਕਿਸੇ ਦੇ ਪਲਾਟ ਤੇ ਕੰਜਾ ਕਰਨ ਤੁਹਾਨੂੰ ਮੈਂ ਕਿਹਾ ਸੀ 420 ਬੰਦਾ ਹੋ 420 ਨਾਲ ਮਿਲਿਆ ਯਾਰ ਉਦੋਂ ਤੁਸੀਂ ਮੇਰੀ ਇੱਕ ਨਹੀਂ ਸੁਣੀ ਹੈਗੀ ਯਾਰ ਉਹ ਵੀ ਨਾਲ ਮਿਲਿਆ ਕੋਈ ਨਹੀਂ ਬੈਠ ਕੇ ਤੁਸੀਂ ਕੋਈ ਨਹੀਂ ਬਾਹਰ ਲਾ ਮਿੱਟੀ ਕਰ ਲਾ ਕੋਈ ਨਹੀਂ